ਆ ਇਸ ਕਰਕੇ ਗੱਡੀ ਪਿੱਛੇ ਖਲਾਰੀ ਆ ਵੀ ਕਹਿੰਦੇ ਕਿ ਲੈ ਵੀ ਉਹ ਮੈਨੂੰ ਅੰਦਰ ਜਾ ਕੇ ਕਹਿਣ ਦੇ ਕਹਿੰਦੇ ਤੁਹਾਡਾ ਗਿਫਟ ਇੱਕ ਰੱਖਿਆ ਬਾਹਰ ਤੇ ਅੰਦਰ ਬਾਹਰ ਜਾ ਕੇ ਵੇਖ ਲਓ ਥੋੜਾ ਭਰਾਵਾਂ ਨਾ ਮਤਲਬ ਇੰਨਾ ਪਿਆਰ ਬਣ ਗਿਆ ਨਾ ਗੱਲ ਹੀ ਛੱਡ ਦੋ ਏਦਾਂ ਲੱਗਦਾ ਇਹਦਾ ਰਿਸ਼ਤੇਦਾਰ ਹੀ ਦੇ ਵੀ ਜਿਹੜਾ ਚਲੋ ਘਰੇ ਬੁਲਟ ਹੋਵੇ ਜੰਗਾਲ ਵੀ ਚੁੱਕ ਜਾਂਦਾ ਬੁਲਟ ਦਾ ਹਾਂਜੀ ਤੇ ਮਿੱਤਰੋ ਜਿਨ੍ਹਾਂ ਨੇ ਪੁਰਾਣਾ ਵਲੋਗ ਵੇਖਿਆ ਵੀਲ ਪਾ ਕੇ ਅਸੀਂ ਆ ਗਏ ਹਾਂ ਗੱਡੀ ਚੁਕਾਉਣ ਆਹੋ ਅਸੀਂ ਗੱਡੀ ਚੁਕਾਉਣ ਆ ਗਏ ਹਾਂ ਜਿੱਦਾਂ ਕਿ ਤੁਹਾਨੂੰ ਕਿਹਾ ਪਾਰਟ 2 ਵੇਖਿਓ ਤੇ ਜਿਹਨੇ ਪਹਿਲਾਂ ਵਲੋਗ ਵੇਖਿਆ ਤੇ ਉਹ ਵੇਖੋ ਹੁਣ ਪਾਰਟ 2 ਕਿਉਂ ਵੀ ਕਿੱਦਾਂ ਵਧੀਆ ਵਾ ਬੰਬ ਤੇ ਹੁਣ ਗੱਡੀ ਚੁਕਾ ਕੇ ਫਿਰ ਅਸੀਂ ਜਾਵਾਂਗੇ ਲੈਟਰ ਲਵਾਉਣ ਤੇ ਵਲੋਗ ਦੇ ਨਾਲ ਬਣੇ ਰਹੋ ਜਿਨ੍ਹਾਂ ਨੇ ਜਿਹੜੇ ਸਿੱਧੇ ਆ ਗਏ ਆ ਵਲੋਗ ਤੇ ਉਹ ਪਿਛਲਾ ਵਲੋਗ ਵੇਖਿਆ ਉਹ ਕਿੱਦਾਂ ਵੀਲ ਪਾਏ ਆ ਤੇ ਕਿੱਦਾਂ ਕਿੱਦਾਂ ਸਾਰਾ ਕੁਝ ਤੇ ਬਾਕੀ ਹੁਣ ਫਿਰ ਤੁਹਾਨੂੰ ਦੱਸਦੇ ਥੋੜਾ ਟਾਈਮ ਪਾ ਕੇ ਕਿੰਨੀ ਗੱਡੀ ਦਾ ਚੁੱਕੀ ਜਾਂਦੀ ਆ ਹੱਲੇ ਤਾਈ ਹੱਲੇ ਤਾਈ ਪਤਾ ਕੀ ਆ ਹੱਲੇ ਹੌਲੀ ਹੌਲੀ ਲਿਆਂਦੀ ਅਸੀਂ ਤੇ ਬਾਕੀ ਇਹ ਆ ਵੀ ਬਹੁਤ ਕੰਮ ਕਰਾਉਣੇ ਹੱਲੇ ਤੁਹਾਨੂੰ ਦੱਸਦੇ ਕੀ ਕਰਾਉਣਾ ਉਲਟਰਾਟਰ ਜੋ ਵੀ ਅਸੀਂ ਕਰਾਉਣਾ ਇੱਕੋ ਦੁਕਾਨ ਤੋਂ ਅੱਗੇ ਰਿਪੋਰਟ ਹੋਈ ਨਹੀਂ ਆ ਚਲੋ ਵਲੋਗ ਦੇ ਨਾਲ ਬਣੇ ਰਹੋ ਹਾਂਜੀ ਸੁਖਜੋਲ ਜੀ ਅੱਜ ਤੁਸੀਂ ਕੋਈ ਕੀਤਾ ਨਹੀਂ ਸੁਖਜੋਲ ਆ ਤੁਹਾਡਾ ਵੈਸੇ ਥਾਂ ਤੇ ਹੈਗਾ ਇੱਥੇ ਪੂਰੀ ਓਕੇ ਰਿਪੋਰਟ ਆ ਹੁਣ ਵੇਖਣ ਡੇ ਕੀ ਡਿਸੀਜ਼ ਕੀ ਹੁੰਦਾ ਹੁਣ ਨਿਕਲ ਕੇ ਬਾਹਰ ਹਜੇ ਗੱਡੀ ਅੱਗੇ ਚੁੱਕੀ ਨਹੀਂ ਆ ਹੁਣ ਚੁੱਕਣ ਡੇ ਤੇ ਹੁਣ ਪਤਾ ਲੱਗੂਗਾ ਕਿੱਦਾਂ ਚੱਲਦੀ ਕਿੱਦਾਂ ਨਹੀਂ ਕਿਉਂਕਿ ਰਸ਼ ਬਹੁਤ ਜ਼ਿਆਦਾ ਵਾ ਇਸ ਕਰਕੇ ਗੱਡੀ ਪਿੱਛੇ ਖਲਾਰੀ ਆ ਵੀ ਕਹਿੰਦੇ ਕਿ ਨਹੀਂ ਉਹ ਕਹਿੰਦੇ ਸਵੇਰੇ ਆ ਜਾਓ ਨਹੀਂ ਕਿ ਨਹੀਂ ਇਹਦਾ ਨੂੰ ਜ਼ਰੂਰੀ ਆ ਹਾਂਜੀ ਤਾਂ ਕਰਕੇ ਨਹੀਂ ਕਿਹਾ ਤੂੰ ਕੋਈ ਗੱਲ ਤੂੰ ਚਿੱਕਰ ਚਿੱਕ ਮਾਰਦੇ ਬਸ ਤੂੰ ਕੰਮ ਕਰਦੇ ਛੇਤੀ ਛੇਤੀ ਨਾਲੇ ਉਹਨਾਂ ਨੇ ਫੋਨ ਕਰਤਾ ਸੀ ਉਹਨਾਂ ਨੇ ਵੀ ਤੇ ਮਿੰਟ ਮਿੰਟ ਕੰਮ ਹੋਈ ਜਾਣ ਡਿਆ ਤੇ ਹਾਂਜੀ ਬਗਲਾ ਜੀ ਓਏ ਕਿੱਦਾਂ ਲੱਗਣ ਡੀ ਫਿਰ ਕੀ ਮੂੰਹ 'ਚ ਜਵਾਣਾ ਨਹੀਂ ਹੈ ਓਕੇ ਰਿਪੋਰਟ ਫਿਰ ਠੀਕ ਆ ਤੇ ਬਾਕੀ ਬਣੇ ਰਹੋ ਫਿਰ ਮੱਤ ਕਰਾ ਦੇਣੀ ਅੱਜ ਫੇਰ ਟੋਕਰ ਹੁੰਦੇ ਉੱਚੇ ਕਰਕੇ ਫਿਟਿੰਗ ਤੇ ਫਿਰ ਤੁਹਾਨੂੰ ਵਿਖਾਉਂਦੇ ਹਾਂ ਕਿ ਸਾਰਾ ਡਨ ਹੋ ਗਿਆ ਵਾ ਤੇ ਉਹ ਫਿਰ ਕਿੰਨਾ ਕੁ ਟਾਈਮ ਲਾ ਦੋਗੇ ਠੀਕ ਆ ਅੱਧਾ ਘੰਟਾ ਕਰ ਲਓ ਨੋਟ ਤੇ ਫਿਰ ਅਸੀਂ ਜਾਣਾ ਲੈਟਾਂ ਵੱਲ ਜੇ ਤਾਂ ਉਹਨੇ ਕਿਹਾ ਵੀ ਲਾ ਦੂੰ ਹੁਣੇ ਤੇ ਲੱਗ ਜਾਣਗੀਆਂ ਨਹੀਂ ਤਾਂ ਫਿਰ ਬਾਅਦ 'ਚ ਵੇਖੀ ਜਾਊਗੀ ਹੁਣ ਕਿਉਂ ਵੀ ਚਲੋ ਕੰਮ ਡੇ ਕਰਾਉਣ ਤੇ ਮਾਮਾ ਇਹ ਸੌਦਾ ਮਾਨ ਡਿਆ ਜੀ ਇਹ ਕਿੱਦਾਂ ਇਫੈਕਟ ਕਿੱਦਾਂ ਨਹੀਂ ਕਰਦੀ ਕੋਈ ਕਿੰਨੇ ਦੀ ਹੈ ਚੱਲ ਕੋਈ ਨੀ ਕਰ ਲਾਂਗੇ ਇਹਨਾਂ ਨੂੰ ਕੀ ਕਰਨਾ ਮਾਮਾ ਇਹ ਤੇ ਪਾ ਹੀ ਦੇਣੇ ਸੀ ਕਵਰ ਲੋ ਵੀ ਮਿੱਤਰੋ ਗੱਡੀ ਕਰਾ ਦਿੱਤੀ ਪੂਰੀ ਚੁਕਾ ਲਈ ਅੱਗੋਂ ਵੀ ਤੇ ਅੱਜ ਵੇਖਦੇ ਥੋੜ੍ਹਾ ਚਿਰ ਇੱਥੇ ਚਲਾ ਕੇ ਕੀ ਬਣਦਾ ਵਾ ਕਹਿੰਦੇ ਚਲਾ ਕੇ ਵੇਖੋ ਜੇ ਪਿੱਛੋਂ ਲੋਡ ਪਈ ਫਿਰ ਚੁੱਕ ਦਾਂਗੇ ਨਹੀਂ ਤਾਂ ਓਕੇ ਰਿਪੋਰਟ ਆ ਚਲੋ ਫਿਰ ਚੱਲੀਏ ਹੁਣ ਆਹ ਜਿਹੜਾ ਅਸੀਂ ਲਵਾਇਆ ਹੁਣ ਆ ਇੱਥੇ ਓਟ ਜਿਹਾ ਬੜਾ ਲੱਗਣ ਡਿਆ ਸੀ ਯਾਰ
ਇੱਧਰਲੇ ਪਾਸੇ ਤੁਸੀਂ ਵੇਖ ਸਕਦੇ ਜੇ ਆ ਇੱਦਾਂ ਹੀ ਆਹ ਓਟ ਲੱਗਦਾ ਮੇਰੇ ਵੀਰ, ਥੋੜ੍ਹਾ ਧਿਆਨ ਰੱਖਿਆ ਕਰੋ ਇੱਦਾਂ ਦੀਆਂ ਚੀਜ਼ਾਂ ਦਾ, ਥੋੜ੍ਹਾ ਕੱਟ ਵੱਢ ਕਰਕੇ ਲਾ ਲਿਆ ਕਰੋ, ਇੱਦਾਂ ਓਟ ਜਿਹਾ ਬੜੀ ਲੱਗਣ ਦੀ ਗੱਡੀ। ਹੁਣ ਤੁਸੀਂ ਲੁੱਕ ਜਾ ਕਰ ਸਕਦੇ ਗੱਡੀ ਦੀ, ਤੁਹਾਡੇ ਸਾਹਮਣੇ ਆ ਫਾਈਨਲ ਲੁੱਕ ਵੀਡੀਓ। ਗੱਲ ਇੱਦਾਂ ਵੀ ਤੁਸੀਂ ਕੁਆਂਟਿਟੀ ਨਾ ਵੇਖਿਆ ਕਰੋ, ਕੁਆਲਿਟੀ ਵੇਖਿਆ ਕਰੋ, ਕੁਆਲਿਟੀ ਤੁਸੀਂ ਆਪੇ ਚੈੱਕ ਕਰ ਸਕਦੇ ਜੇ ਬਹੁਤ ਘੈਂਟ ਆ। ਜੇ ਕੋਈ ਕਮੀ ਪੇਸ਼ੀ ਹੈਗੀ ਤਾਂ ਕਮੈਂਟ ਕਰਕੇ ਦੱਸੋ, ਅਤੇ ਬਾਕੀ ਅਸੀਂ ਚਲਾ ਕੇ ਚੰਗੀ ਤਰ੍ਹਾਂ ਭਜਾ ਕੇ ਵੇਖ ਲਈ ਆ, ਕਿਤੋਂ ਨਹੀਂ ਲੱਗਣ ਦੀ ਗੱਡੀ, ਪੂਰੀ ਓਕੇ ਰਿਪੋਰਟ ਆ। ਚਲੋ ਕਮੈਂਟਾਂ ਦੇ ਵਿੱਚ ਤੁਸੀਂ ਦੱਸਿਓ। ਹੁਣ ਆ ਗਏ ਹਾਂ ਪੂਰੀ ਕਰਾ ਕੇ, ਉਹ ਅੱਗੇ ਲਵਾਉਣਾ ਸੀ ਜਿੱਦਾਂ ਕਿ ਤੁਹਾਨੂੰ ਦੱਸਿਆ ਵਾ, ਚਕਾ ਚਕੂ ਕੇ ਆ ਗਏ ਹਾਂ। ਵੀਰ ਵਾ ਬਲੋਗ ਹਟੇ ਡਿਆ ਦੇਖਣ ਇੱਕੋ ਦਿਨ ਚ ਹੋਏ ਨੇ। ਚਲੋ ਵੀ ਆਹੋ, ਚਲੋ ਕੋਈ ਨੀ। ਲੈ ਵੀ ਉਹ ਮੈਨੂੰ ਅੰਦਰ ਜਾ ਕੇ ਕਹਿਣ ਦੇ, ਕਹਿੰਦੇ ਤੁਹਾਡਾ ਗਿਫਟ ਇੱਕ ਰੱਖਿਆ ਬਾਹਰ, ਤੇ ਅੰਦਰ ਬਾਹਰ ਜਾ ਕੇ ਵੇਖ ਲਓ ਹੈਗੀ ਹੈ। ਉਹ ਮਤਲਬ ਆਹ ਹੁੰਦੀ ਵੇਖ ਲਓ, ਭਰਾਵਾਂ ਨਾਲ ਪਿਆਰ ਹੀ ਬੜਾ ਪੈ ਗਿਆ ਤੇ ਕਰੋ ਗੱਲ। ਹੁਣ ਅਸੀਂ ਆਉਂਦੇ ਰਹਿਣਾ, ਵੀਲ ਅਸੀਂ ਪਾਉਂਦੇ ਰਹਿਣਾ ਵਾ, ਕਿਉਂ ਵੀ ਲਿਆ ਵੀ ਚੈੱਕ ਤੇ ਕਰੀਏ, ਅਨਬੋਕਸਿੰਗ ਤੇ ਕਰਦੀ ਹੈ ਕੀ ਆ। ਵੀਰ ਕੌਣ? ਹੈਲੋ ਵੀ, ਵੇਖੋ ਆ ਭਰਾਵਾਂ ਨੇ ਦਿੱਤਾ ਗਿਫਟ ਜਿੱਦਾਂ ਕਿ ਤੁਹਾਨੂੰ ਦੱਸਿਆ। ਵਾਹ, ਸ਼ਿਆਮਾ ਬਣੀਆਂ ਹੀ ਆ, ਸ਼ਿਆਮਾ ਜ਼ਿਆਦਾ ਦੇ ਦਿੱਤੀਆਂ। ਇਹ ਕੀ ਆ? ਟਾਇਰ ਲੈ, ਇਹ ਵੇਖੀ ਹੁਣ ਲਿਸ਼ਕਦੇ ਰਹਿਣੇ ਆ। ਐਨੇ ਲੈ, ਇਹ ਕੀ ਆ? ਇਹ ਪੰਨੂ ਨੇ ਉਦਾਂ ਪੀ ਜਾਣੀ ਆ ਜਿੱਦਾਂ ਆ ਡੈਸ਼ਬੋਰਡ ਬਹੁਤ ਬਹੁਤ ਧੰਨਵਾਦ ਵੀਰ ਤੁਹਾਡਾ ਬਹੁਤ ਰੱਖੋ ਜੀ ਕੋਈ ਨੀ ਚੱਲ, ਹੁਣ ਤੇ ਖੁੱਲ ਗਿਆ ਵਾ, ਉਹ ਫੜ ਲਈ ਗਰੰਟੀ ਕਾਰਡ ਜਾਂ ਗਰੰਟੀ ਕਾਰਡ ਕਾਰਡ ਫੜ ਲਏ ਆ? ਪੰਮੂ ਸਾਫ ਕਰ ਲਿਆ, ਸਾਰਾ ਸਾਫ ਹੋ ਗਿਆ, ਹੁਣ ਜਿੱਥੋਂ ਆ ਗਿਆ। ਚਲੋ ਨਾ ਮੈਂ ਹੁਣ ਹੀ ਲੱਗਾ ਸੀ। ਓਕੇ ਵੀਰ, ਫਿਰ ਬਹੁਤ ਬਹੁਤ ਧੰਨਵਾਦ, ਗਿਫਟ ਤੁਹਾਡਾ ਬਹੁਤ ਵਧੀਆ, ਬਹੁਤ ਵਧੀਆ ਯਾਰ। ਨਹੀਂ ਨਹੀਂ ਪਾਉਣੇ ਵੀਰ, ਹਲੇ ਹੋਰ ਪਾਉਣੇ ਆ ਵੀਰ, ਅਸੀਂ ਗੱਡੀ ਲੈਣ ਲੱਗੇ ਇੱਕ ਹੋਰ। ਪਿੱਛੋਂ ਵੀ ਦਿਖਾਈ ਆ ਲੋ ਵੀ, ਕਰੋ ਚੈੱਕ ਕਰਾ ਕੇ ਆਪਣਾ ਉੱਧਰ ਰਿਪੋਰਟ ਆ।
ਭਰਾਵਾਂ ਨਾਲ ਮਤਲਬ ਇੰਨਾ ਪਿਆਰ ਬਣ ਗਿਆ ਨਾ, ਗੱਲ ਹੀ ਛੱਡ ਦੋ, ਏਦਾਂ ਲੱਗਦਾ ਇਹਦਾ ਰਿਸ਼ਤੇਦਾਰ ਹੀ ਦੇ ਹੋਈ ਹੈਨਾ। ਚਲੋ ਕੋਈ ਨਹੀਂ ਭਰਾਵਾ, ਪਿਆਰ ਇੱਦਾਂ ਮਿਲਦਾ ਰਹੇ, ਬਾਕੀ ਵਲੋਗ ਨੂੰ ਸ਼ੇਅਰ ਕਰ ਦਿਓ। ਬਿੱਲ ਲੈ ਕੇ ਬਹਿ ਗਏ ਗੱਡੀ 'ਚ ਅਤੇ ਹੁਣ ਚੱਲੇ ਹਾਂ ਘਰਾਂ ਨੂੰ, ਬਾਅਦ ਵੇਚਦੇ ਹਾਂ ਫਿਰ ਹੁਣ। ਕੋਈ ਗੱਲ ਨੀ, ਏਦਾਂ ਜਾਂਦੇ ਰਹਿੰਦੇ, ਸ਼ੌਂਕ ਦਾ ਮੁੱਲ ਹੈਗਾ ਕੋਈ ਚੈੱਕ ਕਰੋ ਬਸ, ਨਹੀਂ ਬਸ ਠੀਕ ਹੈ ਜੀ। ਜਦੋਂ ਭਰਾ ਬੈਠੇ ਹੁਣ ਬਾਹਰ ਕੋਈ ਪਰਵਾਹ ਨੀ ਹੈ, ਤੂੰ ਕੀ ਮੇਲ ਕੇ ਰੱਖਣੀ ਆਈ ਹੁਣ। ਨਿਊ ਪ੍ਰੋਜੈਕਟ ਵੀ ਆਉਣ ਡਿਆ ਸੂਨ, ਉਹ ਵੀ ਬਸ ਮਤਲਬ ਸਟੇ ਟਿਊਨ ਡੇ ਬਸ। ਕਿਉਂ ਵੀ ਕਿਉਂ ਭਗਲੇ ਬੋਲੋ ਕੁਛ, ਛੇਤੀ ਅੱਜ ਕੱਢ ਦੇਣਾ, ਛੇਤੀ ਛੇਤੀ ਤੇ ਬਾਕੀ ਬਣੇ ਰਹੋ, ਓਕੇ ਰਿਪੋਰਟ ਕਰਾ ਦੇਣੀ ਆ, ਡਨ ਫਿਰ ਮਿਲਦੇ ਤੁਹਾਨੂੰ ਜਾ ਕੇ।